ਭਾਵੇਂ ਕਿ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕਰਫਿਊ ਲਗਾ ਕੇ ਆਮ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਉੱਤੇ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਸਰਹੱਦੀ ਖੇਤਰ ਦੇ ਲੋਕਾਂ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗਦਿਆਂ ਆਮ ਵਾਂਗ ਸੜਕਾਂ ਉੱਤੇ ਘੁੰਮਣਾ ਫਿਰਨਾ ਜਾਰੀ ਹੈ। ਉੱਥੇ ਹੀ 7 ਦਿਨਾਂ ਤੋਂ ਚੱਲ ਰਹੇ ਕਰਫਿਊ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਲਈ ਰਾਸ਼ਨ ਖਰੀਦਣ ਜਾ ਰਹੇ ਇੱਕ ਵਿਅਕਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਸਕੂਟਰੀ ਸਮੇਤ ਉਹ ਕਈ ਫੁੱਟ ਤੱਕ ਘਿਸੜਦਾ ਹੀ ਗਿਆ। ਇਸ ਟੱਕਰ ਨਾਲ ਸਕੂਟਰ ਚਾਲਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰਾਂ ਨੇ ਦੱਸਿਆ ਕਿ ਉਹਨਾਂ ਦਾ ਪਿਤਾ ਘਰੋਂ ਸੌਦਾ ਅਤੇ ਸਬਜ਼ੀ ਲੈਣ ਆਇਆ ਸੀ। ਭਾਜੀ ਬੱਗਾ ਬਾਪੂ ਸਾਡੇ ਆ, ਭਾਜੀ ਸੌਦਾ ਪਾਣੀ ਲੈਣ ਘੱਲਿਆ ਇਹਨੂੰ, ਮੈਂ ਸੌਦਾ ਨੀ ਕਲਪੂ ਲੱਗਾ ਪਿਆ। ਆਹ ਕਲਪੂ ਜੀ ਆਰਡਰ ਗੱਡੀਆਂ ਦਾ ਨਹੀਂ ਚੱਲਣਾ ਦਾ ਹੈਗਾ, ਜਿਹੜਾ ਇਹਨਾਂ ਨੇ ਗੱਡੀਆਂ ਜ਼ਬਰਦਸਤੀ ਕੱਢ ਕੇ ਬਾਹਰ ਹਾਸਾ ਕੀਤਾ ਇਹਨਾਂ ਨੇ। ਛੇ ਵਜੇ ਜੀ, 6 ਵਜੇ ਸੌਦਾ ਪਾਣੀ ਸਬਜ਼ੀ ਪਾਣੀ ਆਉਂਦਾ, ਪੱਤੀ ਹੈ ਨਹੀਂ, ਮੈਂ 5-6 ਦਿਨ ਹੋ ਗਿਆ ਸੌਦਾ ਨਹੀਂ ਹੈਗਾ, ਦੁਕਾਨਾਂ ਸਾਰੀਆਂ ਵੱਜੀਆਂ। ਆਉਂਦਾ ਮੈਂ ਹੁਣ ਜਾ ਕੇ ਸੌਦਾ ਲਿਆਵਾਂ, ਕਲਪੂ ਦੇ ਵਿੱਚ ਆਰਡਰ ਨਹੀਂ ਹੈਗਾ ਗੱਡੀਆਂ ਦਾ, ਇਹਨਾਂ ਗੱਡੀ ਅੱਗੇ ਟੰਗ ਕੇ ਸਕੂਟਰੀ ਨਾਲ ਹੀ ਲੈ ਜਾਵੇ। ਨਹੀਂ ਭਾਜੀ ਕੁਛ ਨਹੀਂ ਆਉਂਦਾ ਸਾਡੇ ਬਾਅਦ, ਇੱਕ ਚੂੰਡੀ ਨਹੀਂ, ਸਵਾਹ ਦੀ ਚੂੰਡੀ ਵੀ ਨਹੀਂ ਆਉਂਦੀ, ਕੁਛ ਵੀ ਨਹੀਂ ਆਉਂਦਾ ਜੀ। ਕਾਰਵਾਈ ਹੋਈ ਇਹਨਾਂ ਦੇ, ਹੋਣਾ ਚਾਹੀਦਾ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਨਾਲੇ ਆਏ ਸੌਦਾ ਲੈਣ ਅਤੇ ਇੱਥੇ ਗੱਡੀ ਹੁਣ ਇਹਨਾਂ ਪਤਾ ਹੋਇਆ ਪਿਆ, ਦੁਕਾਨਾਂ ਵਾਲਿਆਂ ਨੂੰ ਗੱਡੀ ਤੇਜ਼ ਬੋਧੀ ਆਉਣ ਦੀ ਦੇ ਵਿੱਚ ਮਾਰਤੀ ਉਹ ਗੱਡੀ। ਕਿੰਨੇ ਕੁ ਟਾਈਮ ਮੇਰੇ ਕੋਲ, ਕੀ ਨਾਂ ਕੀ ਦਾ? ਵਿਰਸਾ ਸਿੰਘ। ਇਹ ਗੱਡੀ ਆਪਣਾ ਲੈ ਕੇ ਸਬਜ਼ੀ ਲੈਣ ਜਾਂਦੇ ਅਸੀਂ ਮੰਡੀ, ਅਤੇ ਕਲਫੂ ਲੱਗਾ ਹੋਇਆ ਅਤੇ ਇਹੋ ਕਿ ਮੰਡੀ ਸਵੇਰੇ 6 ਵਜੇ ਖੁੱਲ੍ਹਦੀ ਆ, ਅਤੇ ਲੈਣ ਗਿਆ ਸਬਜ਼ੀ ਲੈਣ ਗਿਆ ਅਤੇ 120 ਦੀ ਸਪੀਡ 'ਤੇ ਗੱਡੀ ਆਉਣ ਦੀ ਆ, ਅਤੇ ਬ੍ਰੇਕ ਨਹੀਂ ਲੱਗੀ ਇਹਨਾਂ ਕੋਲੋਂ, ਗੱਡੀ ਦਾ ਹਾਲ ਵੇਖੋ ਕੀ ਆ। ਤੁਹਾਡੇ ਇੱਥੇ ਘਰ ਨਹੀਂ ਇੱਥੇ ਸਬਜ਼ੀਆਂ ਦੇਣ ਆਉਂਦੇ ਲੋਕ? ਨਹੀਂ ਆਉਂਦੇ ਜੀ, ਇੱਥੇ ਬਹੁਤ ਛਿੱਲ ਲਾ ਰਿਹਾ, ਡਬਲ ਤੋਂ ਡਬਲ ਟ੍ਰਿਪਲ ਰੇਟ ਲਾਉਂਦੇ ਹਨ, ਮਤਲਬ ਕਿ 3 ਗੁਣਾ ਵੱਧ ਰੇਟ ਲਾਏ ਇਹਨੇ ਲਾਉਣ ਇੱਥੇ। ਨਹੀਂ ਕੋਈ ਵੀ ਅਜੇ ਤੱਕ ਚੜ੍ਹਦੇ ਵਾਲੀ ਦੇ ਵਿੱਚ ਕੋਈ ਵੀ ਰਾਸ਼ਨ ਨਹੀਂ ਹੈਗੀ ਜੀ, ਲੈ ਕੇ ਪਹੁੰਚਿਆ। ਸਬਜ਼ੀ ਲੈਣ ਆਇਆ ਜੀ ਮੰਡੀ, ਉਹ ਮੋੜ ਮੁੜਨ ਲੱਗਿਆ ਗੱਡੀ ਵੱਜ ਗਈ, ਗੱਡੀ 120 ਦੀ ਸਪੀਡ 'ਤੇ ਗੱਡੀ ਆ ਰਹੀ ਹੈ। ਉੱਥੇ ਹੀ ਇਸ ਸੰਬੰਧੀ ਪੁਲਿਸ ਥਾਣਾ ਅਜਨਾਲਾ ਦੇ ਜਾਂਚ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਨਾਲੇ ਇਨਫੋਰਮੇਸ਼ਨ ਗਈ ਵੀ ਇੱਕ ਵਿਅਕਤੀ ਦੀ ਮੌਤ ਹੋਈ ਹੈ, ਮੌਕੇ 'ਤੇ ਆਏ ਹਾਂ। ਇਹ ਵਿਅਕਤੀ ਜਿਹੜਾ ਪਿੰਡ ਚੜ੍ਹਦੇ ਵਾਲੀ ਦਾ ਵਿਰਸਾ ਸਿੰਘ, ਪੁੱਤਰ ਕੇਸਰ ਸਿੰਘ ਆ, ਅਤੇ ਜਾਂਚ ਚੱਲ ਰਹੀ ਹੈ।